ਅੱਛਾ, ਜਦ ਪੜ੍ਹਦੇ ਹਾਂ ਕਿ ਹਿਡਨ ਮਾਰਕ ਆਪਣੇ ਮਾਰਕੋ ਮਾਡਲ ਕੀ ਹੁੰਦਾ, ਵੈਸੇ ਪੜ੍ਹਨਾ ਤਾਂ ਆਪਾਂ ਹਿਡਨ ਮਾਰਕੋ ਮਾਡਲ ਆ, ਲੇਕਿਨ ਉਸ ਤੋਂ ਪਹਿਲੇ ਆਪਾਂ ਜਿਹੜਾ ਸਾਦਾ ਮਾਰਕੋ ਮਾਡਲ ਹੈਗਾ ਜਿਹਦੇ ਵਿੱਚ ਹਿਡਨ ਕੁਛ ਨਹੀਂ ਹੈਗਾ ਉਹ ਦੇਖਦੇ ਹਾਂ। ਮਾਰਕੋ ਮਾਡਲ ਪੜ੍ਹਨ ਤੋਂ ਪਹਿਲਾਂ ਇੱਕ ਮਾਰਕਵ ਚੇਨ ਦਾ ਕਨਸੈਪਟ ਹੈ, ਪਹਿਲੇ ਆਪਾਂ ਉਹ ਦੇਖ ਲੈਂਦੇ ਹਾਂ। ਮਾਰਕਵ ਚੇਨ ਨੂੰ ਤੁਸੀਂ ਇਹਦੀ ਸਮਝੋ ਜਿੱਦਾਂ ਤੁਸੀਂ ਨਾ ਫਨਾਈਟ ਆਟੋਮੈਟਾ ਪੜ੍ਹਿਆ ਉੱਦਾਂ ਦੀ ਸ਼ਾਇਦ ਸਮਝ ਲਓ ਕਿ ਤੁਸੀਂ ਤੁਹਾਡੇ ਸਿਸਟਮ ਜਿਹੜੀਆਂ ਸਟੇਟਸ ਆ ਉਸ ਤੁਸੀਂ ਸਟੇਟਸ ਡਰੋਅ ਕਰ ਲੈਂਦੇ ਹੋ। ਸਪੋਜ਼ ਕਰ ਲਓ ਆਪਣੇ ਕੋਲ ਸਿਸਟਮ ਆ, ਉਹਦੇ ਵਿੱਚ ਦੋ ਸਟੇਟ ਆ ਹੈਲਦੀ ਅਤੇ ਫੀਵਰ, ਆਪਾਂ ਉਹ ਸਟੇਟਸ ਡਰਾਅ ਕਰ ਲਈਆਂ ਅਤੇ ਉਹ ਤੋਂ ਬਾਅਦ ਇੱਕ ਸਟੇਟ ਤੋਂ ਦੂਜੇ ਸਟੇਟ ਨੂੰ ਮੂਵ ਕਰਨ ਦੀ ਜਿਹੜੀ ਪ੍ਰੋਬੇਬਿਲਿਟੀ ਆ ਉਹ ਡਰਾਅ ਕਰਦੇ, ਮਤਲਬ ਜਿਹੜੀਆਂ ਇੱਥੇ ਟ੍ਰਾਂਜੈਕਸ਼ਨ ਹੈਗੀਆਂ ਇਹ ਸਾਰੀਆਂ ਵੇਟਡ ਟ੍ਰਾਂਜੈਕਸ਼ਨ ਹੈਗੀਆਂ, ਯਾਨੀ ਇੱਕ ਸਟੇਟ ਤੋਂ ਦੂਸਰੇ ਸਟੇਟ ਨੂੰ ਜਾਣ ਵਾਲੀ ਜਿਹੜੀ ਟ੍ਰਾਂਜੈਕਸ਼ਨ ਆ ਉਹਦੇ ਉੱਤੇ ਆਪਾਂ ਉਹਦੀ ਪ੍ਰੋਬੇਬਿਲਿਟੀ ਲਿਖ ਦਿੰਦੇ ਹਾਂ। ਜਿਹੜਾ ਨੋਰਮਲ ਐਫ ਏ ਹੁੰਦਾ ਉਹਦੇ ਉੱਤੇ ਆਪਾਂ ਪ੍ਰੋਬੇਬਿਲਿਟੀ ਨਹੀਂ ਲਿਖਦੇ, ਯਾਨੀ ਹੈਲਦੀ ਤੋਂ ਆਪਾਂ ਫੀਵਰ 'ਤੇ ਜਾ ਸਕਦੇ ਹਾਂ ਅਤੇ ਹੈਲਦੀ ਤੋਂ ਫੀਵਰ 'ਤੇ ਜਾਣ ਦੀ ਜਿਹੜੀ ਪ੍ਰੋਬੇਬਿਲਿਟੀ ਆ ਉਹ 0.3 ਆ। ਹੈਲਦੀ ਤੋਂ ਆਪਾਂ ਹੈਲਦੀ ਵੀ ਰਹਿ ਸਕਦੇ ਹਾਂ, ਜਿਹੜਾ ਲੂਪ ਹੈਗਾ ਉਹਦੀ ਪ੍ਰੋਬੇਬਿਲਿਟੀ ਹੈਗੀ ਆ 0.7। ਇੱਕ ਸਟੇਟ ਤੋਂ ਦੂਸਰੇ ਸਟੇਟ 'ਤੇ ਜਾਣ ਦੀ ਜਾਂ ਇੱਕ ਸਟੇਟ ਦੇ ਵਿੱਚ ਵਿਦਨ ਜਿਹੜੀ ਹੈਗੀ ਆ ਪ੍ਰੋਬੇਬਿਲਿਟੀ, ਇਹਨੂੰ ਟ੍ਰਾਂਜੈਕਸ਼ਨ ਪ੍ਰੋਬੇਬਿਲਿਟੀ ਕਹਿੰਦੇ ਹੈਗੇ ਆ, ਯਾਨੀ ਕਿ ਆਹ 0.3 ਟ੍ਰਾਂਜੈਕਸ਼ਨ ਪ੍ਰੋਬੇਬਿਲਿਟੀ ਆ, ਆਹ 0.7 ਵੀ ਟ੍ਰਾਂਜੈਕਸ਼ਨ ਪ੍ਰੋਬੇਬਿਲਿਟੀ ਆ। ਟ੍ਰਾਂਜੈਕਸ਼ਨ ਪ੍ਰੋਬੇਬਿਲਿਟੀ ਦੀ ਇਹ ਪ੍ਰੋਪਰਟੀ ਆ ਕਿ ਕਿਸੇ ਇੱਕ ਸਟੇਟ ਤੋਂ ਜਿੰਨੀਆਂ ਵੀ ਟ੍ਰਾਂਜੈਕਸ਼ਨ ਹੋ ਰਹੀਆਂ ਸਾਰਿਆਂ ਦੀ ਪ੍ਰੋਬੇਬਿਲਿਟੀ ਨੂੰ ਸਮ ਕਰੋ ਅਤੇ ਉਹਦਾ ਜਵਾਬ 1 ਹੋਣਾ ਚਾਹੀਦਾ। ਜਿੱਦਾਂ ਹੈਲਦੀ ਇੱਕ ਸਟੇਟ ਆ, ਇੱਥੋਂ ਦੋ ਟ੍ਰਾਂਜੈਕਸ਼ਨ ਹੋ ਰਹੀਆਂ, ਇੱਕ ਤਾਂ ਟ੍ਰਾਂਜੈਕਸ਼ਨ ਆ ਜਾ ਰਹੀ ਆ ਇਹਦੀ ਪ੍ਰੋਬੇਬਿਲਿਟੀ 0.3 ਆ, ਇੱਕ ਟ੍ਰਾਂਜੈਕਸ਼ਨ ਮੁੜ ਕੇ ਇਹਦੇ ਕੋਲ ਹੀ ਆ ਰਹੀ ਆ ਇਹਦੀ ਪ੍ਰੋਬੇਬਿਲਿਟੀ 0.7 ਆ, 0.7 0.3 ਪਲੱਸ ਕਰੋ ਅਤੇ 1 ਹੋ ਜਾਂਦਾ। ਠੀਕ ਹੈ, ਇੱਦਾਂ ਹੀ ਦੇਖ ਲਓ ਫੀਵਰ ਆ, ਫੀਵਰ ਤੋਂ ਹੈਲਦੀ ਦੀ ਤਰਫ ਜਿਹੜੀ ਟ੍ਰਾਂਜੈਕਸ਼ਨ ਜਾਂਦੀ ਆ ਉਹਦੀ ਪ੍ਰੋਬੇਬਿਲਿਟੀ 0.4 ਆ, ਅਤੇ ਫੀਵਰ ਤੋਂ ਫੀਵਰ ਵਿੱਚ ਹੀ ਰਹਿਣ ਦੀ ਪ੍ਰੋਬੇਬਿਲਿਟੀ ਆ ਉਹ 0.6 ਆ, ਅਤੇ 0.6 ਪਲੱਸ 0.4 ਇਹ ਵੀ 1 ਹੋ ਗਿਆ। ਅਤੇ ਲਓ ਜੀ, ਇਹ ਤਾਂ ਹੋ ਗਈ ਆ ਟ੍ਰਾਂਜੈਕਸ਼ਨ ਪ੍ਰੋਬੇਬਿਲਿਟੀ। ਹੁਣ ਤੁਹਾਡੇ ਕੋਲ ਇੱਕ ਸਿਸਟਮ ਆ, ਉਹਦੇ ਵਿੱਚ ਦੋ ਸਟੇਟ ਆ ਫੀਵਰ ਅਤੇ ਹੈਲਦੀ, ਅਤੇ ਹੁਣ ਇਹ ਨਹੀਂ ਪਤਾ ਕਿ ਆਪਾਂ ਜਦੋਂ ਇਸ ਸਿਸਟਮ ਨੂੰ ਅਬਜ਼ਰਵ ਕਰਨਾ ਅਤੇ ਜਾਂ ਕਹਿਣਾ ਕਿ ਇਸ ਸਿਸਟਮ ਦੀ ਇਨੀਸ਼ਲ ਸਟੇਟ ਕਿਹੜੀ ਹੋਏਗੀ, ਇਹ ਆਪਾਂ ਇਹਨੂੰ ਫੀਵਰ ਤੋਂ ਸਟਾਰਟ ਕਰਾਂਗੇ ਜਾਂ ਹੈਲਦੀ ਤੋਂ ਸਟਾਰਟ ਕਰਾਂਗੇ। ਇਹ ਚੀਜ਼ ਡਿਸਾਈਡ ਕਰਨ ਵਾਸਤੇ ਵੀ ਆਪਾਂ ਇੱਕ ਪ੍ਰੋਬੇਬਿਲਿਟੀ ਡਿਫਾਈਨ ਕਰਦੇ ਹਾਂ, ਉਸ ਪ੍ਰੋਬੇਬਿਲਿਟੀ ਨੂੰ ਕਹਿੰਦੇ ਹੈਗੇ ਆ ਇਨੀਸ਼ਲ ਪ੍ਰੋਬੇਬਿਲਿਟੀ। ਇਨੀਸ਼ਲ ਪ੍ਰੋਬੇਬਿਲਿਟੀ ਦਾ ਮਤਲਬ ਹੁੰਦਾ ਕਿ ਤੁਹਾਡੇ ਕੋਲ ਸਿਸਟਮ ਹੈ ਉਹਦੇ ਵਿੱਚ 5-7 ਜਿੰਨੀਆਂ ਵੀ ਸਟੇਟਸ ਹੈਗੀਆਂ ਅਤੇ ਕਿਹੜੀ ਸਟੇਟ ਤੋਂ ਸਿਸਟਮ ਸਟਾਰਟ ਹੋ ਸਕਦਾ ਉਹਨੂੰ ਉਸ ਸ਼ਾਇਦ ਦੀ ਜਿਹੜੀ ਪ੍ਰੋਬੇਬਿਲਿਟੀ ਆ ਉਹਨੂੰ ਇਨੀਸ਼ਲ ਪ੍ਰੋਬੇਬਿਲਿਟੀ ਕਹਿੰਦੇ ਆ। ਹੁਣ ਇਹਨੂੰ ਮੈਂ ਥੋੜ੍ਹੀ ਤਸਵੀਰ ਥੱਲੇ ਕਰਦਾ, ਦੇਖੋ ਸਪੋਜ਼ ਇੱਥੋਂ ਆਪਾਂ ਸਟਾਰਟ ਕਰ ਰਹੇ ਹਾਂ, ਸਟਾਰਟ ਦੇ ਵਿੱਚ ਪਹਿਲੀ ਹੈਲਦੀ ਸਟੇਟ ਹੋਏਗੀ ਉਹਦੀ ਪ੍ਰੋਬੇਬਿਲਿਟੀ 0.6 ਆ, ਅਤੇ ਸਟਾਰਟ ਦੇ ਵਿੱਚ ਫੀਵਰ ਸਟੇਟ ਹੋਏਗੀ ਉਹਦੀ ਪ੍ਰੋਬੇਬਿਲਿਟੀ 0.4 ਆ। ਅਤੇ ਇਨੀਸ਼ਲ ਪ੍ਰੋਬੇਬਿਲਿਟੀ ਦੀ ਵੀ ਇੱਕ ਪ੍ਰੋਪਰਟੀ ਆ ਕਿ ਇਨੀਸ਼ਲ ਜਿਹੜੀ ਪ੍ਰੋਬੇਬਿਲਿਟੀ ਆ ਉਹ ਸਾਰਿਆਂ ਨੂੰ ਜਮ੍ਹਾਂ ਕਰੋ ਅਤੇ ਉਹ ਪਲੱਸ ਉਹਦਾ ਵੀ ਜਿਹੜਾ ਸਮ ਆ ਉਹ 1 ਹੁੰਦਾ। ਸਪੋਜ਼ ਅਗਰ ਇੱਥੇ 4-5 ਸਟੇਟਸ ਹੋਰ ਹੁੰਦੀਆਂ ਅਤੇ ਹਰ ਇੱਕ ਦੀ ਆਪਣੀ ਆਪਣੀ ਇਨੀਸ਼ਲ ਪ੍ਰੋਬੇਬਿਲਿਟੀ ਹੁੰਦੀ, ਉਹਨਾਂ ਨੂੰ ਸਮ ਕਰ ਦਿੱਤੇ ਸਮ 1 ਹੋਣਾ ਸੀ। ਹੁਣ ਦੇਖੇ ਇੱਥੇ ਦੋ ਸਟੇਟਸ ਆ, ਇਹਦੀ ਪ੍ਰੋਬੇਬਿਲਿਟੀ 0.6 ਆ, ਇਹਦੀ 0.4 ਆ, ਦੋਨਾਂ ਨੂੰ ਆਪਾਂ ਜਮ੍ਹਾਂ ਕੀਤਾ ਅਤੇ ਇਹ ਵੀ 1 ਹੋ ਗਿਆ। ਅਤੇ ਲਓ ਜੀ ਸੱਜਣੋ, ਇਹ ਇੰਨਾ ਕੁ ਕਹਿ ਲਓ ਕਿ ਇਹਦਾ ਕੰਸੈਪਟ ਸਾਰਾ ਹੋਇਆ, ਐਡੀ ਲੰਬੀ ਚੌੜੀ ਗੱਲ ਕੋਈ ਨਹੀਂ ਹੈਗੀ। ਇਨੀਸ਼ਲ ਪ੍ਰੋਬੇਬਿਲਿਟੀ ਹੁੰਦੀ ਆ ਅਤੇ ਟ੍ਰਾਂਜੈਕਸ਼ਨ ਪ੍ਰੋਬੇਬਿਲਿਟੀ ਹੁੰਦੀ ਆ। ਅੱਛਾ, ਇੱਕ ਗੱਲ ਹੋਰ ਆ ਕਿ ਹਰ ਸਟੇਟ ਦੀ ਕੋਈ ਨਾ ਕੋਈ ਇਨੀਸ਼ਲ ਪ੍ਰੋਬੇਬਿਲਿਟੀ ਹੁੰਦੀ ਆ। ਜੇ ਸਟੇਟ ਦੀ ਇਨੀਸ਼ਲ ਪ੍ਰੋਬੇਬਿਲਿਟੀ 0 ਹੋਵੇ ਉਹਦਾ ਮਤਲਬ ਇਹ ਹੁੰਦਾ ਕਿ ਕਦੇ ਵੀ ਸਿਸਟਮ ਉਸ ਸਟੇਟ ਤੋਂ ਸਟਾਰਟ ਨਹੀਂ ਹੋ ਸਕਦਾ। ਅਤੇ ਇੱਥੇ ਇਹਦੀ 6 ਆ, ਇਹਦੀ 0.6, ਇਹਦੀ 0.4 ਆ, ਮਤਲਬ ਇੱਥੋਂ ਵੀ ਸਟਾਰਟ ਹੋ ਸਕਦਾ, ਇੱਥੋਂ ਵੀ ਸਟਾਰਟ ਹੋ ਸਕਦਾ, ਲੇਕਿਨ ਜ਼ਿਆਦਾ ਚਾਂਸਸ ਹੈ ਕਿ ਉਹ ਪਹਿਲੇ ਬੰਦਾ ਹੈਲਦੀ ਹੋਏਗਾ। ਬਾਕੀ ਇਸ ਕੰਸੈਪਟ ਨੂੰ ਥੋੜ੍ਹਾ ਜਿਹਾ ਹੋਰ ਸਮਝਣ ਵਾਸਤੇ ਆਪਾਂ ਕੋਈ ਐਗਜ਼ਾਮਪਲ ਕਰ ਲੈਂਦੇ ਹਾਂ ਅਤੇ ਐਨ ਗੱਲ ਕਲੀਅਰ ਹੋ ਜਾਊਗੀ। ਐਗਜ਼ਾਮਪਲ ਕਰੋ, ਸਪੋਜ਼ ਤੁਸੀਂ ਫਰਜ਼ ਕਰੋ ਕਿ ਕਿਸੇ ਪਿੰਡ 'ਚ ਕੋਈ ਬਿਮਾਰੀ ਫੈਲ ਗਈ ਆ ਅਤੇ ਉੱਥੇ ਆਪਾਂ ਇਹ ਸਿਸਟਮ ਨੂੰ ਦੇਖਦੇ ਹੋਏ ਇੱਕ ਸਵਾਲ ਹੱਲ ਕਰਦੇ ਹਾਂ। ਤੁਸੀਂ ਪ੍ਰੋਬੇਬਿਲਿਟੀ ਫਾਇੰਡ ਕਰਨੀ ਆ ਕਿ ਇੱਕ ਬੰਦਾ ਆ ਉਹ ਪਹਿਲੇ ਦਿਨ ਵੀ ਹੈਲਦੀ ਸੀਗਾ, ਦੂਜੇ ਦਿਨ ਵੀ ਹੈਲਦੀ, ਤੀਜੇ ਦਿਨ ਵੀ ਹੈਲਦੀ, ਚੌਥੇ ਦਿਨ ਵੀ ਹੈਲਦੀ, ਇਹਦਾ ਕੀ ਆਨਸਰ ਆਏਗਾ। ਹੁਣ ਇਸ ਪ੍ਰੋਬਲਮ ਦਾ ਸਲੂਸ਼ਨ ਕਰਨ ਵਾਸਤੇ ਪਹਿਲਾਂ ਦੇਖਣਾ ਕਿ ਪਹਿਲੇ ਦਿਨ ਉਹ ਹੈਲਦੀ ਸੀਗਾ, ਇਹ ਉਹ ਹੈਲਦੀ ਦੀ ਇਨੀਸ਼ਲ ਪ੍ਰੋਬੇਬਿਲਿਟੀ ਹੈ ਕਿ ਉਹਦੀ ਹਾਲੇ ਕਰੰਟ ਕੋਈ ਸਟੇਟ ਨਹੀਂ, ਆਪਾਂ ਹੈਲਦੀ ਤੋਂ ਸਟਾਰਟ ਕਰਨਾ। ਕਿੰਨੇ ਚ ਕਿੰਨੀ ਪ੍ਰੋਬੇਬਿਲਿਟੀ ਹੈ ਕਿ ਆਪਾਂ ਹੈਲਦੀ ਤੋਂ ਸਟਾਰਟ ਕਰੀਏ, ਉਹ ਆਪਾਂ ਇੱਥੋਂ ਕੱਢਾਂਗੇ, ਇਹ ਹੈਗੀ 0.6।
6 ਆ ਗਿਆ। ਉਸ ਤੋਂ ਪਤਾ ਹੈ ਕਿ ਉਹ ਦੂਜੇ ਦਿਨ ਵੀ ਹੈਲਦੀ ਸੀਗਾ। ਇਹ ਹੁਣ ਹੈਲਦੀ ਤੋਂ ਹੈਲਦੀ ਜਾ ਰਹੇ ਆਪਾਂ, ਉਹ ਹੈਲਦੀ ਤੋਂ ਹੈਲਦੀ ਕਿੰਨੀ ਹੈਗੀ 0.7, ਆ ਲਓ 0.7 ਆ ਗਿਆ। ਉਸ ਤੋਂ ਬਾਅਦ ਤੀਜੇ ਦਿਨ ਵੀ ਹੈਲਦੀ ਸੀਗਾ, ਫਿਰ ਆਪਾਂ ਹੈਲਦੀ ਤੋਂ ਹੈਲਦੀ ਜਾ ਰਹੇ ਹਾਂ, ਉਹ ਵੀ 0.7, ਅਤੇ ਚੌਥੇ ਦਿਨ ਵੀ ਹੈਲਦੀ ਸੀਗਾ ਅਤੇ ਫਿਰ ਆਪਾਂ ਹੈਲਦੀ ਤੋਂ ਹੈਲਦੀ ਜਾ ਰਹੇ ਹਾਂ 0.7। ਅਤੇ ਇਹਨਾਂ ਨੂੰ ਸਾਰਿਆਂ ਨੂੰ ਆਪਸ 'ਚ ਮਲਟੀਪਲਾਈ ਕੀਤਾ ਅਤੇ ਆਪਣੇ ਕੋਲ ਜਿਹੜਾ ਪ੍ਰੋਡਕਟ ਆ ਗਈ ਉਹ ਇਹ ਆ ਗਿਆ ਪ੍ਰੋਡਕਟ। ਅਤੇ ਚਲੋ ਇੱਕ ਹੋਰ ਕਰ ਲੈਂਦੇ ਹਾਂ, ਤੁਸੀਂ ਸਪੋਜ਼ ਕਰੋ ਕਿ ਤੁਸੀਂ ਪ੍ਰੋਬੇਬਿਲਿਟੀ ਡਿਫਾਈਨ ਕਰਨੀ ਇੱਕ ਸਿਨੈਰੀਓ ਦੀ, ਜਿਹਦੇ ਵਿੱਚ ਪਹਿਲੇ ਦਿਨ ਬੰਦਾ ਫੀਵਰ 'ਚ ਹੁੰਦਾ, ਦੂਜੇ ਦਿਨ ਵੀ ਫੀਵਰ 'ਚ ਹੁੰਦਾ, ਤੀਜੇ ਦਿਨ ਹੈਲਦੀ ਸਟੇਟ ਚਲੇ ਜਾਂਦਾ, ਚੌਥੇ ਦਿਨ ਮੁੜ ਕੇ ਉਹਨੂੰ ਫੇ ਤਾਪ ਚੜ੍ਹ ਜਾਂਦਾ। ਅਤੇ ਇਹਦੀ ਜਿਹੜੀ ਪ੍ਰੋਬੇਬਿਲਿਟੀ ਆ ਆਹ ਸ਼ੁਰੂ ਕਰਨਾ ਫੀਵਰ ਤੋਂ, ਫੀਵਰ ਤੋਂ ਸ਼ੁਰੂ ਕਰਨ ਦੀ ਜਿਹੜੀ ਇਨੀਸ਼ੀਅਲ ਪ੍ਰੋਬੇਬਿਲਿਟੀ ਆ ਉਹ ਕਿੰਨੀ ਆ, ਉਹ 0.4, 0.4 ਆ ਗਿਆ। ਮੁੜ ਕੇ ਫੀਵਰ ਤੋਂ ਫੀਵਰ 'ਤੇ ਜਾਣਾ, ਫੀਵਰ ਤੋਂ ਫੀਵਰ 'ਤੇ ਜਾਣਾ ਕੀ ਹੈਗਾ 0.6, ਹੈਲੋ 0.6 ਆ ਗਿਆ। ਅਤੇ ਉਸ ਤੋਂ ਬਾਅਦ ਫਿਰ ਫੀਵਰ ਤੋਂ ਹੈਲਦੀ 'ਤੇ ਜਾਣਾ, ਫੀਵਰ ਤੋਂ ਹੈਲਦੀ ਆਉਣ ਦੀ 0.4 ਆ, ਇਹ ਆ ਲਾ 0.4 ਆ ਗਿਆ। ਉਸ ਤੋਂ ਬਾਅਦ ਕਹਿੰਦਾ ਹੈਲਦੀ ਤੋਂ ਦੁਬਾਰਾ ਫੀਵਰ ਵੱਲ ਤੁਰ ਪੈਣਾ, ਹੈਲਦੀ ਤੋਂ ਫੀਵਰ ਵੱਲ ਤੁਰ ਪਏ, ਉਹ ਕਿੰਨੀ ਆ 0.3, ਇਹ ਆ ਲਾ 0.3, ਇਹ ਉਹਦਾ ਆਂਸਰ ਆ ਗਿਆ। ਲਓ ਜੀ ਇੰਨੀ ਗੱਲ ਸੀ, ਰੱਬ ਰੱਖਾ, ਬਾਕੀ ਅਗਲੇ ਲੈਕਚਰ ਦੇਖਦੇ ਹਾਂ।